ਇੱਕ 11 ਸਾਲਾ ਬੱਚੀ ਜਿਹਦਾ ਨਾਮ ਆਇਸ਼ਾ ਵਾ ਮਕੂਆਣ ਦੀ ਰਹਿਣ ਵਾਲੀ ਸੀ ਤਸ਼ਦਦ ਕਰਕੇ ਮਦੀਨਾ ਟਾਊਨ ਦੇ ਇਲਾਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਪੜੀ ਲਿਖੀ ਫੈਮਿਲੀ ਆ ਕੋਈ ਪ੍ਰੋਫੈਸਰ ਆ ਕੋਈ ਪਾਕਿਸਤਾਨ ਚ ਪ੍ਰੋਫੈਸਰ ਆ ਕੋਈ ਬਾਹਰਲੇ ਮੁਲਕ ਦੇ ਪ੍ਰੋਫੈਸਰ ਆ ਹਰ ਜਗ੍ਹਾ ਤੇ ਉਹ ਪ੍ਰੋਫੈਸਰ ਹੀ ਨੇ ਆਸਾਨ ਕਹਿਣਾ ਵੀ ਮੇਰਾ ਖਿਆਲ ਆ ਗਲਤ ਹੋਏਗਾ ਇਨਸਾਨੀਅਤ ਦੇ ਰੂਪ ਦੇ ਵਿੱਚ ਦਰਿੰਦੇ ਨੇ ਇਹਦਾ ਜਿਹੜਾ ਪਿਓ ਆ ਉਹਦੇ ਅੱਲਾਹ ਦੀ ਮਿਹਰਬਾਨੀ ਨਾਲ 12 ਨੇ ਆਣੇ ਆ ਉਹਨੂੰ ਸਿਰਫ ਜੰਮਣ ਦਾ ਹੀ ਪਤਾ ਸੀਗਾ ਇਹਨਾਂ ਦੀ ਹਫਾਜ਼ਤ ਕਰਨ ਦਾ ਹਲੇ ਤੱਕ ਨਹੀਂ ਪਤਾ ਬੱਚੀ ਦੀ ਡੈੱਡ ਬਾਡੀ ਜਿਹੜੀ ਆ ਉਹ ਅਲਾਈਡ ਹਸਪਤਾਲ ਦੇ ਮਰਦਾਖਾਨੇ 'ਚ ਪਈ ਆ ਸਾਨੂੰ ਪਤਾ ਇਹ ਲੱਗਾ ਕਿ ਪਿਛਲੇ ਪਾਸੇ ਬਹਿ ਕੇ ਉਹ ਡੀਲਾਂ ਕਰ ਰਹੇ ਨੇ ਇਹਦੇ ਸਾਤੋਂ ਅੱਠ ਬੱਚੇ 5 5 6 6 ਸਾਲ ਦੇ ਲੋਕਾਂ ਦੇ ਘਰ ਹਲੇ ਵੀ ਕੰਮ ਕਰ ਰਹੇ ਨੇ ਇੱਥੇ ਨਹੀਂ ਸਾਡੀ ਕੋਈ ਲੇਬਰ ਵਾਲਾ ਉੱਠੇਗਾ ਉੱਥੇ ਸਾਡਾ ਹੋਰ ਕੋਈ ਸਿਵਾਈ ਮਹਿਕਮਾ ਨਹੀਂ ਉੱਠੇਗਾ ਮੈਂ ਸਵਾਲ ਪੁੱਛਾਂਗਾ ਉਹਨਾਂ तमाम ਐਨ ਜੀਓਜ਼ ਨੂੰ ਜਿਹੜੀਆਂ ਬੱਚਿਆਂ ਦੇ ਤਹਾਫਜ਼ ਵਾਸਤੇ ਬਣਾਈਆਂ ਗਈਆਂ ਨੇ ਉਹ ਕਿੱਥੇ ਨੇ 12 ਬੱਚੇ ਪੈਦਾ ਕਰਕੇ ਲੋਕਾਂ ਨੂੰ ਦੇ ਦਿੱਤੇ ਤਾਂ ਕਿ ਲੋਕ ਉਹਨਾਂ ਨੂੰ ਕਤਲ ਕਰ ਦੇਣ ਐਨ ਜੀਓਜ਼ ਨੂੰ ਉੱਠਣਾ ਪਏਗਾ ਚੀਫ ਜਸਟਿਸ ਨੂੰ ਇਹ ਤੇ ਨੋਟਿਸ ਲੈਣਾ ਪਏਗਾ ਅਸਲਾਮੁਅਲੈਕੁਮ ਨਾਜ਼ਰੀਨ ਅੱਜ ਕਾਫੀ ਦਿਨਾ ਤੋਂ ਬਾਅਦ ਵਿਲਾਗ ਕਰਨਾ ਆ ਰਾਤ ਇੱਕ ਇੰਤਹਾਈ ਨਾਖੁਸ਼ਗੁਵਾਰ ਵਾਕਿਆ ਪੇਸ਼ ਆਇਆ ਇੱਕ ਘਰੇਲੂ ਮੁਰਾਜ਼ਮ ਤਸ਼ੱਦਦ ਕਰਕੇ ਮਦੀਨਾ ਟਾਊਨ ਦੇ ਇਲਾਕੇ ਦੇ ਵਿੱਚ ਕਤਲ ਕਰ ਦਿੱਤਾ ਗਿਆ ਉਹ ਟਾਈਮ ਉਹ ਸੀਗਾ ਜਦੋਂ ਲੋਕ ਆਪਣੇ ਬੱਚਿਆਂ ਨੂੰ بارش ਤੋਂ ਬਚਾ ਰਹੇ ਸੀ ਠੰਡ ਤੋਂ ਬਚਾ ਰਹੇ ਸੀ ਸ਼ਦੀਦ ਸਰਦੀ ਦਾ ਆਲਮ ਸੀਗਾ ਤੇ ਐਸੀ ਲੋਕ ਜਾਂ ਜਿੰਨੇ ਵੀ ਲੋਕ ਬੱਚਿਆਂ ਵਾਲੇ ਨੇ ਉਹ ਆਪਣੇ ਬੱਚਿਆਂ ਨੂੰ ਕੰਬਲਾਂ ਜਵਾੜ ਰਹੇ ਸੀਗੇ ਗਰਮ ਕਮਰੇ ਕਰ ਰਹੇ ਸੀ ਲੇਕਿਨ ਉਸੇ ਟਾਈਮ ਹੀ ਕੁਝ ਨਾ ਮਾਲੂਮ ਖਵਾਤੀਨ ਇੱਕ 11 ਸਾਲਾ ਬੱਚੀ ਜਿਹਦਾ ਨਾਮ ਆਇਸ਼ਾ ਵਾ ਮੱਕੂ ਆਣ ਦੀ ਰਹਿਣ ਵਾਲੀ ਸੀ ਉਹਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਲੈ ਕੇ ਜਦੋਂ ਉਹਦੀ ਹਾਲਤ ਡਾਕਟਰਾਂ ਨੇ ਦੇਖੀ ਤੇ ਡਾਕਟਰਾਂ ਨੇ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਹੋਣੀ ਆ ਪੂਰੀ ਕਿ ਉਹਦੀ ਜਾਨ ਬਚਾਈ ਜਾਏ ਲੇਕਿਨ ਜ਼ਖਮ ਇੰਨੇ ਗਹਿਰੇ ਸੀ ਉਸ ਬੱਚੀ ਦੇ ਕਿ ਸ਼ਾਇਦ ਉਹਦੀ ਜਾਨ ਬਚਾਉਣਾ ਡਾਕਟਰਾਂ ਦੇ ਵਸ ਦੇ ਵਿੱਚ ਨਹੀਂ ਸੀ ਤਉ ਬੱਚੀ ਜਿਹੜੀ ਸੀ ਉਹ ਆਪਣੇ ਰੱਬ ਕੋ ਚਲੀ ਗਈ ਆਪਣੇ ਰੱਬ ਦੀ ਬਾਰਗਾ ਦੇ ਵਿੱਚ ਜਾ ਕੇ ਦੱਸੇਗੀ ਜ਼ਰੂਰ ਕਿ ਸਾਡੇ ਫੈਸਲਾਬਾਦ ਦੇ ਵਿੱਚ ਕੈਸੇ ਕੈਸੇ ਜ਼ਾਲਮ ਲੋਗ ਨੇ ਜਿਨ੍ਹਾਂ ਨੂੰ ਇਨਸਾਨ ਕਹਿਣਾ ਵੀ ਮੇਰਾ ਖਿਆਲ ਆ ਗਲਤ ਹੋਏਗਾ ਇਨਸਾਨੀਅਤ ਦੇ ਰੂਪ ਦੇ ਵਿੱਚ ਦਰਿੰਦੇ ਨੇ ਜਦੋਂ ਫੈਸਲਾਬਾਦ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਫੌਰੀ ਤੌਰ ਤੇ ਪਰਚਾ ਦਰਜ ਕੀਤਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਨ ਨੂੰ ਵੀ ਖੈਰ ਗ੍ਰਿਫਤਾਰ ਕਰ ਲਿਆ ਹੁਣ ਜਿਹੜੇ ਮੁਲਜ਼ਮਾਨ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਵਾ ਉਹ ਜਨਾਬ ਪੜੀ ਲਿਖੀ ਫੈਮਿਲੀ ਆ ਕੋਈ ਪ੍ਰੋਫੈਸਰ ਆ ਕੋਈ ਪਾਕਿਸਤਾਨ ਚ ਪ੍ਰੋਫੈਸਰ ਆ ਕੋਈ ਬਾਹਰਲੇ ਮੁਲਕ ਦੇ ਪ੍ਰੋਫੈਸਰ ਆ ਹਰ ਜਗ੍ਹਾ ਤੇ ਉਹ ਪ੍ਰੋਫੈਸਰ ਹੀ ਨੇ ਤੇ ਉਹਨਾਂ ਨੇ ਪ੍ਰੋਫੈਸਰੀ ਇਸ ਬੱਚੀ ਦਾ ਸਾਰੀ ਝਾੜ ਦਿੱਤੀ ਤੁਸੀਂ ਬੈਕ ਤੇ ਮੇਰੇ ਤੇ ਇਹਦੇ ਬੈਕਗ੍ਰਾਉਂਡ ਤੇ ਦੇਖ ਰਹੇ ਹੋਵੋਗੇ ਬੱਚੀ ਦੀ ਤਸਵੀਰ ਕਿ ਬੱਚੀ ਦੇ ਨਾਲ ਜ਼ੁਲਮ ਕਿਨਾਂ ਕੀਤਾ ਗਿਆ ਹੁਣ ਉਹ ਕਹਿੰਦੇ ਆ ਜੀ ਬੱਚੀ ਨੂੰ ਅਲਰਜੀ ਸੀ ਜਿਹੜੇ ਮੁਲਜ਼ਮਾਨ ਨੇ ਵੀ ਬੱਚੀ ਨੂੰ ਅਲਰਜੀ ਸੀ ਤੇ ਬੱਚੀ ਨੂੰ ਤੁਸੀਂ 4 ਮਹੀਨੇ ਤੋਂ ਘਰ ਕਿਉਂ ਰੱਖਿਆ ਇੱਕ ਅਲਰਜੀ ਵਾਲੀ ਬੱਚੀ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਰੱਖਦੇ ਪਏ ਹੋ ਉਹਦੇ ਕੋਲੋਂ ਚੀਜ਼ਾਂ ਲੈ ਕੇ ਖਾ ਰਹੇ ਹੋ ਉਹਨੂੰ ਆਪਣੇ ਕੋਲ ਬਿਠਾ ਰਹੇ ਹੋ ਉਹ ਕੋ ਆਪਣੇ ਕੰਮ ਕਰਵਾ ਰਹੇ ਹੋ ਤੁਹਾਨੂੰ ਨਾ ਉਹ ਕੋ ਅਲਰਜੀ ਹੋਈ ਸ਼ਾਇਦ ਪ੍ਰੋਫੈਸਰ ਸਾਹਿਬਾ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈਗਾ ਕਿ ਜਦੋਂ ਕਿਸੇ ਨੂੰ ਅਲਰਜੀ ਹੁੰਦੀ ਹੈ ਨਾ ਤੇ ਉਹ ਅਲਰਜੀ ਇੱਕ ਦੂਸਰੇ ਤੋਂ ਫੈਲਦੀ ਆ ਇਹ ਇੱਕ ਮੂਜ਼ੀ ਮਰ ਜਾਏਗਾ ਜਿਹੜਾ ਇੱਕ ਦੂਸਰੇ ਤੋਂ ਫੈਲਦਾ ਲੇਕਿਨ ਤੁਸੀਂ ਉਦੋਂ ਤਾਂ ਉਹਦੇ ਮਾਪੇ ਉਹਨੂੰ ਨਾ ਜਾ ਕੇ ਦੱਸਿਆ ਤੇ ਸੋਨੇ ਤੋਂ ਸੁਹਾਗਾ ਇਹਦਾ ਜਿਹੜਾ ਪਿਓ ਆ ਉਦੇ ਅੱਲਾਹ ਦੀ ਮਿਹਰਬਾਨੀ ਨਾਲ 12 ਨੇ ਆਣੇ ਆ ਉਹਨੂੰ ਸਿਰਫ ਜੰਮਣ ਦਾ ਹੀ ਪਤਾ ਸੀਗਾ ਇਹਨਾਂ ਦੀ ਹਫਾਜ਼ਤ ਕਰਨ ਦਾ ਹਲੇ ਤੱਕ ਨਹੀਂ ਪਤਾ ਬੱਚੀ ਦੀ ਡੈੱਡ ਬਾਡੀ ਜਿਹੜੀ ਆ ਉਹ ਅਲਾਈਡ ਹਸਪਤਾਲ ਦੇ ਮਰਦਾਖਾਨੇ 'ਚ ਪਈ ਆ ਤੇ ਉਹ ਭਾਈ ਸਾਹਿਬ ਹਲੇ ਤੱਕ ਇਸ ਵਾਸਤੇ ਉੱਥੇ ਨਹੀਂ ਪਹੁੰਚੇ ਕਿ ਉਹਦਾ ਜਿਹੜਾ ਵਾ ਪੋਸਟਮਾਰਟਮ ਮੁਕੰਮਲ ਕਰ ਲਿਆ ਜਾਵੇ ਸਾਨੂੰ ਪਤਾ ਇਹ ਲੱਗਾ ਕਿ ਪਿਛਲੇ ਪਾਸੇ ਬਹਿ ਕੇ ਉਹ ਡੀਲਾਂ ਕਰ ਰਹੇ ਨੇ ਸੁਭਾਨ ਅੱਲਾਹ ਅਗਰ ਇਸ ਤਰ੍ਹਾਂ ਦਾ ਸਾਡਾ ਮੁਹਾਸ਼ਰਾ ਰਹੇਗਾ ਤੇ ਨੰਨੀ ਕਲੀਆਂ ਜਿਹੜੀਆਂ ਵਾ ਇਸ ਤਰ੍ਹਾਂ ਦੀਆਂ ਉਹ ਫਰਨ ਫੁੱਲਾਂ ਤੋਂ ਪਹਿਲੇ ਹੀ ਮਸਲਦੇ ਰਹਿਣਗੇ ਦਰਿੰਦੇ ਲੋਕ ਜਿਹੜੇ ਨੇ ਤੁਸੀਂ ਪਹਿਲੇ ਦੇਖਿਆ ਸੀਗਾ اسلامਾਬਾਦ ਦੇ ਵਿੱਚ ਇਦਾਂ ਦਾ ਵਾਕਿਆ ਪੇਸ਼ ਆਇਆ ਫੈਸਲਾਬਾਦ ਦੇ ਵਿੱਚ ਇਦਾਂ ਦੇ ਕਿੰਨੇ ਵਾਕਏ ਮਾਜਿਦ ਵਿੱਚ ਅਸੀਂ ਦੇਖ ਚੁੱਕੇ ਹੁੰਦਾ ਕੀ ਆ ਮਾਰੇ ਘਰ ਨੇ 12-12 ਨਿਆਣਾ ਜੰਮੇ ਹੋਏ ਨੇ ਸੁਲਾ ਕਰ ਲੈਣਗੇ ਤੇ ਮੇਰੇ ਜ਼ਰਾਏ ਨੇ ਇਹ ਵੀ ਪਤਾ ਕੀਤਾ ਵਾ ਕਿ ਆ ਜਿਹੜੇ ਭਾਈ ਸਾਹਿਬ ਨੇ ਜਿਨ੍ਹਾਂ ਨੇ ਆਪਣੀ ਬੱਚੀ ਨੂੰ 4 ਮਹੀਨੇ ਪਹਿਲੇ ਇਸ ਘਰ ਦੇ ਵਿੱਚ 8000 ਰੁਪਏ ਤੇ ਨੌਕਰੀ ਤੇ ਰਖਾਇਆ ਸੀ ਨਾ ਇਹਦੇ ਸਾਤੋਂ ਅੱਠ ਬੱਚੇ 5-5 6 ਸਾਲ ਦੇ ਲੋਕਾਂ ਦੇ ਘਰ ਹਲੇ ਵੀ ਕੰਮ ਕਰ ਰਹੇ ਨੇ ਮੈਂ ਹਰਾਨ ਹਾਂ ਉਹਨਾਂ ਮਹਿਕਮਿਆਂ ਤੋਂ ਜਿਹੜੇ ਬੱਚਿਆਂ ਦੀ ਜਿਹੜੀ ਲੇਬਰ ਆ ਉਹਦੇ ਤੇ ਪਾਬੰਦੀਆਂ ਲਾਉਂਦੇ ਨੇ ਅਗਰ ਕਿਸੇ ਫੈਕਟਰੀ ਦੇ ਵਿੱਚ ਸਿਰਫ 1.5 ਸਾਲ ਦਾ ਬੱਚਾ ਕੰਮ ਕਰ ਰਿਹਾ ਹੋਵੇ ਨਾ ਲੇਬਰ ਡਿਪਾਰਟਮੈਂਟ ਉੱਥੇ ਪਹੁੰਚ ਜਾਂਦਾ ਵਾ ਕਿਉਂਕਿ ਫੈਕਟਰੀ ਵਾਲੇ ਕੋਲ ਮਾਲ ਲੱਭ ਜਾਂਦਾ ਵਾ ਕਿ 1.5 ਸਾਲ ਨੇ 6 ਮਹੀਨੇ ਘਟਾ ਇਹ ਨੌਕਰੀ ਕਿਉਂ ਕਰਨ ਲੱਗ ਗਿਆ ਤੇ ਮੈਂ ਲੇਬਰ ਡਿਪਾਰਟਮੈਂਟ ਨੂੰ ਤੇ ਬਾਕੀ ਆਪਣੇ ਸਭਾਈ ਮਹਿਕਮੇ ਨੂੰ ਆਹ ਚੀਜ਼ ਦਿਖਾਵਾਂਗਾ ਕਿ ਇਸ ਬੱਦੇ ਦੇ 12 ਨਿਆਣੇ ਨੇ ਤੇ 7 ਕਮ ਉਮਰ ਬੱਚੇ ਹਲੇ ਵੀ ਲੋਗਾ ਦੇ ਘਰ ਨੌਕਰੀਆਂ ਕਰ ਰਹੇ ਨੇ ਲੋਗਾ ਦੇ ਖਿਦਮਤ ਕਰ ਰਹੇ ਨੇ ਇੱਕ ਬੱਚੀ 11 ਸਾਲਾ ਜਿਹੜੀ ਆ ਇਸ ਦੁਨੀਆ ਫਾਨੀ ਤੇ ਕੁਝ ਕਰ ਚੁੱਕੀ ਆ ਉਥੇ ਨਹੀਂ ਸਾਡੀ ਕੋਈ ਲੇਬਰ ਵਾਲਾ ਉੱਠੇਗਾ ਉਥੇ ਸਾਡਾ ਹੋਰ ਕੋਈ ਸਿਵਾਈ ਮਹਿਕਮਾ ਨਹੀਂ ਉੱਠੇਗਾ ਜਿੰਨੀ ਦੇਰ ਤੱਕ ਇਹ ਕਤਲ ਹੁੰਦੇ ਰਹਿਣਗੇ ਐਸੀ ਆਵਾਜ਼ ਉਠਾਉਂਦੇ ਰਾਵਾਂਗੇ ਲੇਕਿਨ ਮੈਂ ਇੱਕ ਗੱਲ ਦੱਸ ਦਵਾਂ ਏ ਭਾਵੇਂ ਸੁਲਾ ਕਰ ਲੈਣ ਲੇਕਿਨ ਸਾਡੀ ਫੈਸਲਾਬਾਦ ਦੀ ਪੁਲਿਸ ਸਾਡੇ ਸੁਪਾਈ ادارے ਖਾਸ ਤੌਰ ਤੇ ਸਾਡੇ ਚੀਫ ਜਸਟਿਸ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਵਾ ਕਿ ਫੈਸਲਾਬਾਦ ਦੇ ਵਿੱਚ ਆਖਰ ਇਹ ਹੋ ਗੀ ਰਿਹਾ ਵਾ ਇੰਨਾ ਵੱਡਾ ਨੁਕਸਾਨ ਫੈਸਲਾਬਾਦ ਦੇ ਵਿੱਚ ਇੱਕ ਘਰੇਲੂ ਮਲਾਜ਼ਮਾ ਨੂੰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹਦੀ ਡੀਲ ਹੋ ਗਈ ਉਹਨਾਂ ਨੇ ਪੈਸੇ ਲੈ ਲਏ ਉਹਨੇ 12 ਬੱਚੇ ਜਮਲੇ ਉਹ ਸਾਰਾ ਕੁਝ ਹੋ ਗਿਆ ਕਿਸੇ ਨੂੰ ਪਤਾ ਹੀ ਨਹੀਂ ਹੁਣ ਮੇਰਾ ਸਵਾਲ ਉਹਨਾਂ ਐਨ ਜੀਓਜ਼ ਦੇ ਕੋਲੋਂ ਆ ਜਿਹੜੇ ਦੂਸਰੇ ਮੁਲਕਾਂ ਦੇ ਵਿੱਚੋਂ ਆਣ ਵਾਲਾ ਲੱਖਾਂ ਰੁਪਇਆ ਆਪੇ ਹੀ ਖਾਈ ਪੀ ਜਾ ਰਹੇ ਆ ਕਿਸੇ ਨੂੰ ਪੁੱਛਦੇ ਦੱਸਦੇ ਨਹੀਂ ਜਦੋਂ ਇਦਾਂ ਦਾ ਕੋਈ ਵਾਕਿਆ ਹੁੰਦਾ ਇੱਕ ਵਾਰੀ ਬਾਹਰ ਆਂਦੇ ਆ ਲਾਲਾ ਲਾਲਾ ਕਰਦੇ ਆ ਉਤ ਤੋਂ ਬਾਅਦ ਮੁੱਕ ਜਾਂਦਾ ਮੈਂ ਸਵਾਲ ਪੁੱਛਾਂਗਾ ਉਹਨਾਂ ਤਮਾਮ ਐਨਜੀਓਜ਼ ਨੂੰ ਜਿਹੜੀਆਂ ਬੱਚਿਆਂ ਦੇ ਤਹਾਫਜ਼ ਵਾਸਤੇ ਬਣਾਈਆਂ ਗਈਆਂ ਨੇ ਉਹ ਕਿੱਥੇ ਨੇ ਉਹ ਸਰਕਾਰੀ ਨੇ ਉਹ ਗੈਰ ਸਰਕਾਰੀ ਨੇ ਉਹ ਕਿੱਥੇ ਨੇ ਐਨਜੀਓਜ਼ ਉਹ ਕਿੱਥੇ ਨੇ ਅਦਾਰੇ ਜਿਨ੍ਹਾਂ ਨੂੰ ਇਸ ਗੱਲ ਦਾ ਇਨੀ ਪਤਾ ਹੈਗਾ ਕਿ ਇੱਕ ਬੰਦਾ ਵਾ ਉਹਦਾ ਕਾਰੋਬਾਰ ਕੀ ਸੀਗਾ ਉਹਨੇ ਬੱਚਿਆਂ ਨੂੰ ਖਿਲਾਣਾ ਕਿੱਦੋਂ ਸੀਗਾ ਉਹਨੇ ਬੱਚਿਆਂ ਨੂੰ ਪਾਲਾਣਾ ਕਿੱਥੋਂ ਸੀਗਾ ਉਹਨੇ ਬੱਚੇ ਆਪਣੇ ਰੱਖਣੇ ਕਿੱਤੇ ਸੀਗੇ ਉਹਨੇ ਬੱਚੇ ਤਾਂ ਤੜਾ ਤੜ 12 ਪੈਦਾ ਕਰ ਦਿੱਤੇ ਲੇਕਿਨ ਉਹਨੂੰ ਕਿਸੇ ਬੰਦੇ ਨੇ ਕਿਸੇ ਐਨ ਜੀਓ ਨੇ ਸ਼ੌਅਰ ਨਹੀਂ ਦਿੱਤਾ ਕਿ ਭਾਈ ਇਹ ਬੱਚੇ ਜੰਮੀ ਜਾਣ ਡਿਆ ਵਾ ਇਹਨਾਂ ਨੂੰ ਪਾਲਣਾ ਵੀ ਆ ਇਹਨਾਂ ਦਾ ਮਸਤਕਬਲ ਵੀ ਆ ਇਹਨਾਂ ਦਾ ਮਸਤਕਬਲ ਤਰੀਕ ਕਰੀ ਜਾ ਰਿਹਾ ਸਿਰਫ ਬੱਚੇ ਪਾਲਣ ਦਾ ਬੱਚੇ ਪੈਦਾ ਕਰਨ ਦਾ ਤੈਨੂੰ ਪਤਾ ਵਾ ਇਹਨਾਂ ਨੂੰ ਪਾਲਣ ਦਾ ਕਿਸੇ ਬੰਦੇ ਨੇ ਨਹੀਂ ਦੱਸਿਆ ਉਦਾਂ ਅਸੀਂ ਦੇਖ ਲਈਏ ਤੇ ਬੇਬੂਦੇ ਆਬਾਦੀ ਵਾਲੇ ਆ ਜਾਂਦੇ ਆ ਜੀ एनजीओ वाले आ ਜਾਂਦੇ ਆ ਜੀ ਬੱਚਿਆਂ ਨੂੰ ਇਦਾਂ ਕਰੋ ਬੱਚਿਆਂ ਨੂੰ ਇਦਾਂ ਕਰੋ ਲੇਕਿਨ ਇਹਨਾਂ ਬੰਦਿਆਂ ਨੂੰ ਦੱਸਣ ਵਾਲਾ ਕੋਈ ਨਹੀਂ ਹੈਗਾ ਜਿਨ੍ਹਾਂ ਨੇ ਗੁਰਬਤ ਦੇ आलम ਦੇ ਵਿੱਚ 12 ਬੱਚੇ ਪੈਦਾ ਕਰਕੇ ਲੋਕਾਂ ਨੂੰ ਦੇ ਦਿੱਤੇ ਤਾਂ ਕਿ ਲੋਕ ਉਹਨਾਂ ਨੂੰ ਕਤਲ ਕਰ ਦੇਣ ਐਨਜੀਓ ਨੂੰ ਉਠਣਾ ਪਏਗਾ ਚੀਫ ਜਸਟਿਸ ਨੂੰ ਇਹ ਤੇ ਨੋਟਿਸ ਲੈਣਾ ਪਏਗਾ ਸੀਪੀਐਫ ਫੈਸਲਾਬਾਦ ਦਾ ਨੋਟਿਸ ਲੈਣਾ ਖੁਸ਼ ਆਇਨ ਜ਼ਰੂਰ ਹੈ ਲੇਕਿਨ ਇਹ ਕਾਫੀ ਨਹੀਂ ਹੈਗਾ ਕਿਉਂਕਿ ਮੈਨੂੰ ਤਾਂ ਪਤਾ ਲੱਗ ਗਿਆ ਕਿ ਡੀਲ ਹੋਣਾ ਸ਼ੁਰੂ ਵੀ ਹੋ ਗਈ ਹੈ ਹੋਰ ਥੋੜੀ ਦੇਰ ਤੱਕ ਇਹ ਸੁਲਾ ਹੋ ਜਾਣੀ ਹੈ ਕਿਉਂਕਿ ਉਹ ਗਰੀਬ ਆਦਮੀ ਹੈ ਉਹਨੂੰ ਸ਼ਾਇਦ ਬੱਚੀ ਦਾ ਇੰਨਾ ਦੁੱਖ ਨਾ ਹੋਏਗਾ ਲੇਕਿਨ ਸਾਨੂੰ ਇਸ ਗੱਲ ਦਾ ਜ਼ਿਆਦਾ ਅਹਿਸਾਸ ਹੋਏਗਾ ਸਾਨੂੰ ਜ਼ਿਆਦਾ ਦੁੱਖ ਹੋ ਰਿਹਾ ਵਾ ਕਿ ਸਾਡੇ ਫੈਸਲਾਬਾਦ ਦੇ ਅੰਦਰ ਇੰਨਾ মিডিਆ ਆਉਣ ਦੇ ਬਾਵਜੂਦ ਇੰਨੀ ਪੁਲਿਸ ਆਉਣ ਦੇ ਬਾਵਜੂਦ ਇੰਨੇ ਸਬਾਈ ادارے ਹੋਣ ਦੇ ਬਾਵਜੂਦ ਇੰਨੀ ਐਨਜੀਓਜ਼ ਹੋਣ ਦੇ ਬਾਵਜੂਦ ਐਡਾ ਵੱਡਾ ਸਾਨਿਆ ਪੇਸ਼ ਆ ਗਿਆ ਬਹੁਤ ਸ਼ੁਕਰੀਆ